ठीक है। वाहिगुरु जी का खालसा वाहिगुरु जी की फतेह। संगत जी कल जिहड़ा एक वीर संदीप सिंह जिहड़ा कि रात नूं तकरीबन 10 बजे सानूं गढ़दी वाला शहर दे टांडे चौंक चों मिलिया। जदों मिलिया वीडियो देखी होगी बहुत माड़ी हालत सी। सारा दिन उदन कल मीह पैंदा रहा तो सारा मीह जिहड़ा संदीप ने अपने उपर बराया तो मीह उपर बराया विच बाथरूम भी विच कीता होया सीगा क्योंकि कपड़े गिले सी हालात जिहड़े माड़े सी पता लग नहीं रहा सी कित्थों आया कित्थे जाणा आ। तो आप एक छोटी वीडियो पाई सी लाइव कीता सी तो लाइव शेयर कीता वीडियो वीरां ने तो वह वीडियो परिवार तक पहुँची आ। दोनों ही भरा जिहड़े लैण अज भरा अपने लैण पहुँचे आ। ये किहदी बदौलत आ? तुहाडी सारी संगत की बदौलत आ क्योंकि तुसीं वीडियो शेयर करदे आ। जदों असीं अपील करी दी आ संगत शेयर करदी आ तां करके जिहड़े परिवारां नूं अपने बच्चे मिलदे आ उहदे भरा मिल चुके आ दोनों ही आए आ। हाँ जी वीरे की कहना चाहुंदे तुसीं? तुहाडा भरा मिल चुका किद्दां पहुँची तुहाडे कोल वीडियो? वीडियो किद्दां पहुँची? ਇਹ ਐਤਵਾਰ ਤਾਂ ਨਿਕਲਿਆ ਪਿਆ ਸੀ ਘਰੋਂ। ਅੱਛਾ। ਘਰਦਿਆਂ ਨੂੰ ਪਤਾ ਨਹੀਂ ਸੀ ਕਿੱਥੇ ਗਏ, ਲੱਭਦੇ ਪਏ ਸੀ। ਅੱਛਾ। ਪਿੰਡ ਦੇ ਮੁੰਡੇ ਦਾ ਇੱਕ ਸਬਜ਼ੀ ਵੇਚਦਾ ਉਹਦਾ ਫੋਨ ਆਇਆ ਉਹਨੂੰ ਕਿ ਗੜਦੀ ਵਾਲ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਦੇ ਕੋਲ ਆ ਤੇ ਉੱਥੋਂ ਜਾ ਕੇ ਲੈ ਕੇ ਉਹ ਤੇ ਮੇਰਾ ਧੰਨਵਾਦ ਕਰਦਾ ਕਿ ਸਾਨੂੰ। ਕਿੰਨੇ ਤੁਸੀਂ ਇਹਦੇ ਭਰਾ ਕਿੰਨੇ ਤੁਸੀਂ? ਅਸੀਂ ਚਾਰ ਭਰਾ ਜੀ। ਚਾਰ ਭਰਾ, ਮਾਤਾ ਤੇ ਬਾਪ ਵੀ ਹੈਗੇ। ਇੱਕ ਤੁਸੀਂ ਕੰਮ ਕੀ ਕਰਦੇ ਵੀਰੇ? ਅਸੀਂ ਬੈਂਕ 'ਚ ਕਰਦੇ ਵੀਰੇ। ਦੋਨੇ ਇਹ ਵੀ ਭਰਾ? ਹਾਂਜੀ। ਇਹ ਵੀ ਬੈਂਕ 'ਚ? ਹਾਂਜੀ ਹਾਂਜੀ। ਇਹ ਕੀ ਕੰਮ ਕਰਦਾ ਹੈ? ਇਹ ਘਰ ਵਿਹਲਾ ਰਹਿੰਦਾ ਜੀ। ਵਿਹਲਾ ਰਹਿੰਦਾ? ਕਿੰਨਾ ਚਿਰ ਹੋ ਗਿਆ ਪ੍ਰੋਬਲਮ ਨੂੰ ਇਸ? 2014 ਦੀ ਜੀ। 2014 ਦੀ ਆ? ਪੜ੍ਹਿਆ ਲਿਖਿਆ? ਪਲੱਸ 2 ਕੀਤੀ ਪਾਸ। ਪਲੱਸ 2 ਕੀਤੀ ਆ। ਨੰਬਰ ਵੀ ਚੰਗੇ ਆ। ਅੱਛਾ, ਦੱਸਦਾ ਸੀ ਕਹਿੰਦਾ ਮੈਂ ਰਾਤ ਪੜ੍ਹਿਆ ਸੰਦੀਪ। ਸਹੀ ਆ। ਹੁਣ ਮੇਰੇ ਕੋਲ ਰਹਿਣਾ ਕਿ ਜਾਣਾ? ਦੱਸ ਕਿੱਦਾਂ ਕਰਨੀ ਆ? ਮੇਰੇ ਕੋਲ ਰਹਿਣਾ ਕਿ ਜਾਣਾ? ਉਹ ਯਾਰ ਕੱਪੜਿਆਂ 'ਚ ਤਾਂ ਤਗੜਾ ਲੱਗਦਾ ਸੀਗਾ ਯਾਰ। ਓਏ ਤੂੰ ਤਾਂ ਮੇਰੇ ਵਰਗਾ ਨਿਕਲਿਆ। ਓਏ ਹੈਂ ਓ ਸੰਦੀਪ, ਤੂੰ ਤਾਂ ਮੇਰੇ ਵਰਗਾ ਨਿਕਲਿਆ। ਰਹਿਣਾ ਮੇਰੇ ਕੋਲ? ਦੱਸ ਦੱਸ ਹੈਂ ਰਹਿਣਾ? ਭੇਜ ਦੇਈਏ? ਚੱਲ ਫਿਰ ਕਹਿ ਦੇ, ਕਿਹਾ ਜਾਓ ਤੁਸੀਂ ਆਪੇ, ਮੈਂ ਬਾਈ ਹੋਣਾ ਤੋਂ ਰਹਿਣਾ। ਕਹਿ ਦੇ ਚੱਲਦੀ ਆ। ਕਹਿੰਦੀ ਕਹਿ ਦੇ ਫਿਰ ਤੂੰ, ਕਹਾਂ ਬਾਈ ਹੋਣਾ ਕੋ ਰਹਿਣਾ, ਤੁਸੀਂ ਜਾਓ। ਕਹਿ ਦੂੰਗਾ ਜਾ। ਹੁਣ ਤੂੰ ਘਰ ਰਹਿਣਾ ਠੀਕ ਠਾਕ, ਠੀਕ ਆ ਉੱਥੇ। ਫਿਰ ਤੈਨੂੰ ਜੇ ਤੂੰ ਨਾ ਹਟਿਆ ਘਰੋਂ ਬਾਹਰ ਨਿਕਲਿਆ ਫਿਰ ਤੈਨੂੰ ਅਸੀਂ ਲੈ ਆਉਣਾ, ਫਿਰ ਲੈ ਆਉਣਾ ਤੈਨੂੰ ਅਸੀਂ, ਠੀਕ ਆ। ਚੱਲ ਹੁਣ ਭਰਾਵਾਂ ਦੇ ਨਾਲ ਜਾ। ਸੰਗਤ ਨੂੰ ਅਸੀਂ ਤਦੇ ਕਹਿੰਦੇ ਹੁੰਦੇ ਕਿਤੇ ਵੀ ਕੋਈ ਇਹੋ ਜਿਹਾ, ਹੁਣ ਇਹ ਕੱਲ੍ਹ ਵੀਰਾਂ ਨੇ ਸਾਨੂੰ ਫੋਨ ਕੀਤਾ ਅਤੇ ਅੱਜ ਪਰਿਵਾਰ ਕੋਲ ਚਲੇ ਗਿਆ। ਕਿਤੇ ਵੀ ਤੁਹਾਨੂੰ ਇਹੋ ਜਿਹਾ ਲਵਾਰਸ ਵੀਰ ਬਜ਼ੁਰਗ ਬੱਚਾ ਕੋਈ ਵੀ ਮਿਲੇ ਹੈ ਨਾ ਤਾਂ ਉਹਨੂੰ ਖੜਿਆ ਜ਼ਰੂਰ ਕਰੋ, ਆਪਣਾ ਟਾਈਮ ਜ਼ਰੂਰ ਦਿਆ ਕਰੋ। ਸ਼ਾਇਦ ਤੁਹਾਡੇ ਪੁੱਛਣ ਅਤੇ ਤੁਹਾਡੇ ਉਹਦੇ ਨਾਲ ਗੱਲਬਾਤ ਕਰਨ ਦੇ ਨਾਲ ਉਹਦੀ ਕੋਈ ਜ਼ਿੰਦਗੀ ਬਦਲ ਸਕਦੀ ਆ, ਉਹ ਆਪਣੇ ਘਰ ਪਰਿਵਾਰ 'ਚ ਜਾ ਸਕਦਾ। ਇਹ ਕੱਲ੍ਹ ਪਤਾ ਨਹੀਂ ਸੀ ਲੱਗਦਾ, ਬਹੁਤ ਮਾੜੇ ਹਾਲਾਤ ਸੀ। ਜੇ ਰਾਤ ਹੋਰ ਬਾਹਰ ਰਹਿ ਜਾਂਦਾ ਨਾ ਤਾਂ ਕੋਈ ਵੀ ਅਣਸਗਾਵੀ ਘਟਨਾ ਵਾਪਰ ਸਕਦੀ ਸੀ। ਰਾਤ ਕਰੀਬ 10:30 ਵਜੇ ਸੰਗਤ ਜੀ ਲੈ ਕੇ ਆਏ ਹਾਂ। ਉਸ ਟਾਈਮ ਰਾਤ ਪੈ ਚੁੱਕੀ ਸੀ, ਵੀਰਾਂ ਨੇ ਦੇਖਿਆ ਅਤੇ ਸਾਡੇ ਤੱਕ ਪਹੁੰਚ ਕੀਤੀ। ਸਾਡਾ ਹੈਲਪਲਾਈਨ ਨੰਬਰ 94-72-68-95। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।